ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਉਪਕਾਰ ਵਿੱਚ ਹੀ ਭਲਾਈ ਹੈ, ਇਹ ਬੋਲ ਨੇ ਸਵਾਮੀ ਵਿਵੇਕਾਨੰਦ ਨੇ। ਸੋ ਕਰਮ ਯੋਗ ਵਿੱਚ ਕੀ ਲਿਖਦੇ ਹਨ, ਮੈਂ ਉਸ ਦੀਆਂ ਥੋੜ੍ਹੀਆਂ ਜਿਹੀਆਂ ਪੰਕਤੀਆਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ। ਇਹ ਅਜੀਤ ਅਖਬਾਰ ਵਿੱਚ ਆਈਆਂ ਸਨ, ਜਿਸ ਨੂੰ ਕਿ ਸੰਜੀਵਨ ਸਿੰਘ ਢੱਡਵਾਲ ਜੀ ਨੇ ਲਿਖਿਆ ਹੈ। ਸੋ ਉਹ ਕਹਿੰਦੇ ਹਨ ਕਿ ਜਿਸ ਕਰਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਉਹ ਪੁੰਨ ਹੈ, ਪਰ ਸਾਡੇ ਜਿਸ ਕਰਮ ਨਾਲ ਕਿਸੇ ਨੂੰ ਹਾਨੀ ਪੁੱਜਦੀ ਹੈ ਉਹ ਪਾਪ ਹੈ। ਸਵਾਮੀ ਵਿਵੇਕਾਨੰਦ ਜੀ ਕਰਮ ਯੋਗ ਵਿੱਚ ਲਿਖਦੇ ਹਨ ਕਿ ਮਨੁੱਖ ਦੇ ਕਰਮ ਦੀ ਮਹੱਤਤਾ ਉਸਦੀ ਉਪਯੋਗਤਾ ਵਿੱਚ ਹੈ। ਇੱਕ ਅਮੀਰ ਵਿਅਕਤੀ ਭਾਵੇਂ ਮੰਦਿਰ ਵਿੱਚ ਘਿਓ ਦਾ ਦੀਵਾ ਬਾਲਦਾ ਹੈ, ਉਹ ਉਨਾ ਲਾਭਦਾਇਕ ਨਹੀਂ ਹੋ ਸਕਦਾ ਜਿੰਨਾ ਕਿ ਹਨੇਰੇ ਰਾਹ ਵਿੱਚ ਤੇਲ ਦਾ ਦੀਵਾ ਜਲਾਉਣਾ। ਸਾਡੇ ਜਿਸ ਕਾਰਜ ਨਾਲ ਦੂਜਿਆਂ ਦਾ ਭਲਾ ਹੋਵੇ ਉਸ ਨਾਲ ਆਪਣਾ ਵੀ ਭਲਾ ਹੁੰਦਾ ਹੈ, ਕਿਉਂਕਿ ਭਲੇ ਵਿੱਚ ਹੀ ਭਲਾ ਹੁੰਦਾ ਹੈ। ਹਰ ਇਨਸਾਨ ਤੋਂ ਕਦੇ ਨਾ ਕਦੇ ਗਲਤੀ ਹੋ ਸਕਦੀ ਹੈ, ਪਰ ਜਦ ਕੋਈ ਵਿਅਕਤੀ ਜਾਣ ਬੁੱਝ ਕੇ ਕਿਸੇ ਦਾ ਬੁਰਾ ਕਰਦਾ ਹੈ ਉਹ ਪਾਪ ਹੈ। ਲੋਕ ਹਿੱਤ ਲਈ ਲਗਨ ਨਾਲ ਕੀਤਾ ਕਾਰਜ ਮਹਾਨ ਹੁੰਦਾ ਹੈ, ਇਸਦਾ ਫਲ ਹਮੇਸ਼ਾ ਹੀ ਪੁੰਨ ਹੁੰਦਾ ਹੈ। ਸਭ ਤੋਂ ਵੱਡਾ ਪਾਪ ਦੂਜਿਆਂ ਨੂੰ ਦੁੱਖ ਪਹੁੰਚਾਉਣਾ ਹੈ, ਅਤੇ ਦੂਜਿਆਂ ਦਾ ਦੁੱਖ ਦੂਰ ਕਰਨਾ ਪੁੰਨ ਹੈ। ਜਦ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਬੁਰਾ ਵਿਚਾਰ ਆਵੇ ਜਾਂ ਤੁਸੀਂ ਕਿਸੇ ਦਾ ਬੁਰਾ ਕਰਨ ਲੱਗੋ ਤਾਂ ਇੱਕ ਵਾਰ ਆਪਣੇ ਆਪ ਨੂੰ ਉਸ ਦੀ ਥਾਂ ਰੱਖ ਕੇ ਜ਼ਰੂਰ ਸੋਚਣਾ, ਫਿਰ ਤੁਸੀਂ ਬੁਰਾਈ ਤੋਂ ਮੁੜ ਜਾਵੋਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।